ਤੁਹਾਨੂੰ ਮੈਂ ਜੇ ਗਿਣਤੀ ਨਾਲ ਦੱਸਦਾ ਨਾ, ਸਾਡੇ ਪਿੰਡ ਦੇ ਵਿੱਚ ਹੁਣ 20 ਨੌਜਵਾਨ ਹੋਣੇ ਆ, ਸਾਰਾ ਹੀ ਸਾਰੇ ਨੌਜਵਾਨ ਬਾਹਰ ਆ, ਅਤੇ ਜਿੰਨੇ ਕੁ ਹੈਗੇ ਉਹ ਸਾਰੇ ਇੱਥੇ ਆਏ ਹੋਏ ਆ, ਅਤੇ ਜਿਹੜੇ ਬਾਹਰ ਵਾਲੇ ਆ ਨਾ ਉਹ ਵੀ ਇੱਧਰ ਹੱਕ 'ਚ ਆ, ਮੈਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਉਹ ਗੁੰਮਰਾਹ ਹੁੰਦਾ ਹੋਊਗਾ ਕੋਈ ਵੀ ਇਹਨਾਂ ਦੀਆਂ ਦਲੀਲਾਂ, ਕਿਉਂਕਿ ਦਲੀਲ ਐਸੀ ਕੋਈ ਹੈ ਹੀ ਨਹੀਂ ਕਿ ਜਿਸ ਤੋਂ ਗੁੰਮਰਾਹ ਹੋਏ, ਸਾਰਾ ਸੱਚ ਆ, ਤੁਸੀਂ ਵੀ ਸੁਣਦੇ ਆ ਮੈਂ ਵੀ ਸੁਣਦਾ ਵਾਂ, ਹੁਣ ਤਾਂ ਇੰਟਰਨੈਟ ਦਾ ਜ਼ਮਾਨਾ ਵਾ, ਬੰਦਾ ਕੋਈ ਕਹਿ ਨਹੀਂ ਸਕਦਾ ਕਿ ਹਾਂ ਵੀ ਆਹ ਚੀਜ਼ ਤਾਂ ਅਸੀਂ ਸੁਣੀ ਨਹੀਂ, ਹਰੇਕ ਚੀਜ਼ ਦਾ ਪਰੂਫ ਹੈਗਾ ਆਪਣੇ ਕੋਲ, ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਗੁੰਮਰਾਹ ਵੀ ਹੁੰਦਾ ਹੋਊਗਾ। ਵੱਡੀ ਗਿਣਤੀ ਅੰਦਰ ਮੈਂ ਵਾਰ ਵਾਰ ਬੇਨਤੀ ਕਰ ਰਿਹਾ ਹਾਂ ਵੀ ਇੱਥੇ ਜਿਹੜੇ ਆ ਉਹ ਨੌਜਵਾਨ ਵੀਰ ਇੱਥੇ ਪਹੁੰਚ ਰਹੇ ਨੇ, ਗੱਲਬਾਤ ਕਰਨ ਦਾ ਯਤਨ ਕਰਦੇ ਹਾਂ, ਸਾਰੇ ਵੀਰਾਂ ਨੂੰ ਕੋਸ਼ਿਸ਼ ਕਰਦੇ ਹਾਂ ਜੇ ਕੋਈ ਵੀਰ ਗੱਲਬਾਤ ਕਰਨੀ ਚਾਹੁੰਦਾ। ਹਾਂਜੀ ਵੀਰ ਜੀ, ਕਿਵੇਂ ਲੱਗਦਾ ਭਾਈ ਅੰਮ੍ਰਿਤਪਾਲ ਸਿੰਘ ਦਾ ਪ੍ਰਚਾਰ, ਕਿਵੇਂ ਲੱਗਦਾ? ਬਹੁਤ ਵਧੀਆ ਜੀ, ਬਹੁਤ ਸੁਲਝੇ ਹੋਏ ਨੇ, ਬਹੁਤ ਮਤਲਬ ਦਿਲ ਖੁਸ਼ ਹੁੰਦਾ ਵਾ ਜਦੋਂ ਮਤਲਬ ਉਹਨਾਂ ਦਾ ਚਿਹਰਾ ਦੇਖ ਕੇ, ਜਿਹੜਾ ਨੂਰ ਨਹੀਂ ਗਾ, ਇੱਕ ਵੱਖਰਾ ਨੂਰ ਆ ਉਹਨਾਂ ਦੇ ਚਿਹਰੇ 'ਤੇ। ਬਿਲਕੁਲ, ਐਸੀ ਕੀ ਤੁਹਾਨੂੰ ਲੱਗਦਾ ਵੀ ਕਲਾ ਕੀ ਹੈ ਐਸੀ ਸਪੀਚ, ਜਦੋਂ ਅੰਮ੍ਰਿਤਪਾਲ ਸਿੰਘ ਦੀ ਆਉਂਦੀ ਹੈ, ਬਹੁਤੇ ਨੌਜਵਾਨ ਕਹਿੰਦੇ ਨੇ ਨੰਘਾਈ ਜਾਈਦੀਆਂ, ਜਦੋਂ ਕੋਈ ਨਵੀਆਂ ਪੋਸਟਾਂ ਆਉਂਦੀਆਂ ਨੇ, ਜਦੋਂ ਅੰਮ੍ਰਿਤਪਾਲ ਸਿੰਘ ਦੀ ਕੋਈ ਪੋਸਟ ਆ ਜਾਂਦੀ ਹੈ ਅਤੇ ਨੰਗੀ ਹੋਈ ਪੋਸਟ ਨੂੰ ਦੁਬਾਰਾ ਤੋਂ ਬੈਕ ਨੂੰ ਕਰਕੇ ਅਤੇ ਫਿਰ ਉਹਦੇ 'ਤੇ ਟੱਚ ਕਰਕੇ ਅਤੇ ਉਹ ਸਪੀਚ ਨੂੰ ਸੁਣਿਆ ਜਾਂਦਾ, ਐਸਾ ਕੁਝ ਸਪੀਚ ਦੇ ਵਿੱਚ ਕੀ ਹੈ? ਤੁਹਾਨੂੰ ਲੱਗਦਾ ਵੀ ਉਹਦੇ ਵਿੱਚ ਕੋਈ ਸੱਚਾਈ ਹੈ ਜਾਂ ਉਹਦੇ ਵਿੱਚ ਕੋਈ ਐਸੀ ਕਲਾ ਆ ਜਿਸ ਕਰਕੇ ਨੌਜਵਾਨ ਉਹਨੂੰ ਸੁਣਦੀ ਹੈ ਅਤੇ ਸੁਣਦਿਆਂ ਸਾਰ ਮਨ ਐਸਾ ਬਣ ਜਾਂਦਾ ਵੀ ਅਸੀਂ ਵੀ ਯਾਰ ਇਹਨਾਂ ਵਰਗੇ ਇਹਨਾਂ ਦੇ ਭਰਾ ਬਣੀਏ, ਅਸੀਂ ਵੀ ਜਾ ਕੇ ਤਸਵੀਰ ਖਿਚਾਈਏ, ਪਹਿਲਾਂ ਸਿੰਘ ਸਾਜੀਏ, ਐਸਾ ਕੀ ਹੈ ਵਿੱਚ? ਹਾਂਜੀ ਉਹੀ ਕਹਿ ਰਿਹਾ ਕਿ ਜਿੱਦਾਂ ਨਾ ਉਹਨਾਂ ਨੂੰ ਦੇਖ ਕੇ ਦਿਲ ਨੂੰ ਜਿਹੜਾ ਸਕੂਨ ਮਿਲਦਾ ਨਾ, ਉਹ ਬਹੁਤ ਮਤਲਬ ਉਹਦੇ 'ਤੇ ਰੱਬ ਦੀ ਕਿਰਪਾ ਹੋਈ ਆ, ਅਤੇ ਇੱਦਾਂ ਹੀ ਸਾਰਿਆਂ 'ਤੇ ਸਾਡੇ ਵਰਗਿਆਂ 'ਤੇ ਵੀ ਹੋਵੇ, ਅਸੀਂ ਵੀ ਇਹੀ ਚਾਹੁੰਦੇ ਹਾਂ। ਦਿਲ ਕਰਦਾ ਵੀ ਬਹੁਤ ਬਹੁਤ ਦਿਲ ਕਰਦਾ, ਬਿਲਕੁਲ ਜੀ ਬਿਲਕੁਲ। ਇਹ ਪਹਿਲਾਂ ਵੀ ਸਿਰ 'ਤੇ ਸਜਾਉਂਦੇ ਸੀ ਇਸ ਤਰ੍ਹਾਂ ਦਸਤਾਰ? ਬਸ ਸਜਾਉਂਦੇ ਸੀ, ਪਰ ਹੁਣ ਜਿੱਦਾਂ ਚੰਗੀ ਤਰ੍ਹਾਂ ਜੁੜਨ ਨੂੰ ਦਿਲ ਕਰਦਾ ਪਿਆ। ਦਿਲ ਕਰਦਾ? ਹਾਂਜੀ। ਅੱਜ ਜਾ ਕੇ ਹਜੇ ਅੰਮ੍ਰਿਤਪਾਲ ਸਿੰਘ ਜੀ ਨੇ ਅੰਦਰ ਦੀਵਾਨ ਹਾਲ ਦੇ ਵਿੱਚ ਸਪੀਚ ਦੇਣੀ ਹੈ, ਬੋਲਣਾ, ਗੁਰੂ ਦੀਆਂ ਵਿਚਾਰਾਂ ਸਾਂਝੀਆਂ ਕਰਨੀਆਂ ਆ, ਅਤੇ ਸੁਣੋਗੇ? ਹਾਂਜੀ ਹਾਂਜੀ ਹਾਂਜੀ, ਭਰ ਰਹੇ ਹੋ? ਹਾਜ਼ਰੀ ਲਵਾਉਣ ਚੱਲੇ। ਠੀਕ ਹੈ ਵੀਰ ਜੀ, ਤੁਸੀਂ ਪਹੁੰਚੋ, ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਵੀਰ ਨੇ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ ਵੀਰ ਅੰਮ੍ਰਿਤਪਾਲ ਸਿੰਘ ਜੀ ਜਿਸ ਤਰੀਕੇ ਨਾਲ ਪ੍ਰਚਾਰ ਕਰ ਰਹੇ ਨੇ, ਵੱਡੀ ਗਿਣਤੀ ਦੇ ਅੰਦਰ ਨੌਜਵਾਨ ਇੱਥੇ ਆਏ ਆ? ਮੈਂ ਜਿੱਦਾਂ ਕਿ ਜਿੰਨੀ ਕੁ ਮੈਂ ਸਪੀਚ ਸੁਣੀ ਆ ਨਾ, ਮੈਨੂੰ ਤਾਂ ਇੱਦਾਂ ਲੱਗਦਾ ਕਿ ਉਹਨਾਂ ਦੇ ਬੋਲਾਂ 'ਚ ਨਿਡਰਤਾ, ਜਿਨ੍ਹਾਂ ਸੁਣ ਕੇ ਸਾਨੂੰ ਇੱਕ ਨਾ ਵੀ ਜਨੂੰਨ ਚੜ੍ਹਦਾ ਵੀ ਹਾਂ ਵੀ ਕੋਈ ਇੱਕ ਆਪਣਾ ਲੀਡਰ ਖੜਾ ਹੋਇਆ ਵਾ ਜਿਹੜਾ ਕਿ ਆਪਣੀ ਕੌਮ ਨੂੰ ਅੱਗੇ ਲੈ ਕੇ ਜਾਊਗਾ, ਅਤੇ ਇਸ ਕਰਕੇ ਅੱਜ ਵੀ ਅਸੀਂ ਆਪਣਾ ਨਾਲ ਹੀ ਆ ਪਿੰਡ ਸਾਡਾ। ਠੀਕ ਹੈ। ਅਤੇ ਸਪੈਸ਼ਲ ਸਿਰਫ ਇੱਧਰ ਹੀ ਆਏ ਹਾਂ ਵੀ ਸਿਰਫ ਉਹਨਾਂ ਦੇ ਭਾਈ ਸਾਹਿਬ ਦਾ ਪ੍ਰਚਾਰ ਸੁਣਨਾ, ਵੀ ਉਹਨਾਂ ਦੇ ਬੋਲ ਸੁਣਨੇ ਆ, ਅਤੇ ਇੱਕ ਜਿੱਦਾਂ ਨਾ ਹੁਣ ਜਿੰਨੇ ਕੁ ਸਾਡੇ ਪਿੰਡ ਦੇ ਲਾ ਲਓ ਜਾਂ ਆਲੇ ਦੁਆਲੇ ਦੇ ਮੁੰਡੇ ਆ, ਵੀ ਹਰੇਕ ਹੀ ਬੰਦਾ ਉਹਨਾਂ ਦੀਆਂ ਸਟੋਰੀਆਂ 'ਤੇ ਸ਼ੇਅਰ ਕਰਦਾ ਹੀ ਕਰਦਾ, ਅਤੇ ਜਿੱਦਾਂ ਕਿ ਯੂਟਿਊਬ 'ਤੇ ਹੋ ਗਈਆਂ, ਸ਼ੋਰਟਸ ਹੋ ਗਿਆ, ਕੁਛ ਵੀ ਹੋ ਗਿਆ, ਵੀ ਜਦੋਂ ਵੀ ਉਹਨਾਂ ਦਾ ਇੱਕ ਸੁਣੀਦਾ, ਹੁਣ ਜਿੱਦਾਂ ਕਿ ਇਹ ਨੀਗਾ ਕਿ ਉਹ ਸਿਰਫ ਆਪਣੀ ਕੌਮ ਬਾਰੇ ਗੱਲ ਸਰ, ਜਿਹੜੇ ਆਪਣੀ ਕੌਮ ਦੇ ਵਿੱਚ ਮਾੜੇ ਬੰਦੇ ਆ ਉਹਨਾਂ ਬਾਰੇ ਵੀ ਮਾੜਾ ਕਹਿੰਦੇ ਆ, ਇਹ ਨਹੀਂ ਕਿ ਸਿਰਫ ਉਹ ਬਾਹਰਲੇ ਬੰਦਿਆਂ ਬਾਰੇ ਕਹਿੰਦੇ ਆ, ਕਿ ਜਿੱਦਾਂ ਹੁਣ ਮੈਂ ਪਿੱਛੇ ਜੇ ਇੱਕ ਸੁਣਿਆ ਸੀਗਾ ਉਹਨਾਂ ਦੀ ਸਪੀਚ, ਕਿ ਉਹਨਾਂ ਨੇ ਕਿਹਾ ਕਿ ਆਪਣੀ ਕੌਮ ਬਾਹਰ ਕਾਹਤੋਂ ਜਾ ਰਹੀ ਹੈ, ਜਿੱਦਾਂ ਕਿ ਤੁਸੀਂ ਹੁਣੇ ਗੱਲ ਕੀਤੀ ਸੀ, ਕਹਿੰਦਾ ਕਿ ਹੁਣ ਆਪਣੀਆਂ ਕਮੇਟੀਆਂ ਵਾ ਉਹਨਾਂ ਕੋਲ ਇੰਨਾ ਜ਼ਿਆਦਾ ਪੈਸਾ ਵਾ, ਤਾਂ ਉਹ ਆਪਾਂ ਬਾਹਰ ਲੰਗਰ ਲਾ ਰਹੇ ਹਾਂ ਜਾ ਕੇ, ਤਾਂ ਆਪਣੀ ਕੌਮ ਤਾਂ ਅੱਧਿਓਂ ਜ਼ਿਆਦਾ ਭੁੱਖੀ ਮਰਦੀ ਫੇਰੀ ਆ, ਤਾਂ ਉਹਨੇ ਬਾਹਰ ਹੀ ਜਾਣਾ ਵਾ। ਇਹੋ ਜਿਹੀਆਂ ਗੱਲਾਂ ਸਾਨੂੰ ਇੰਨਾ ਹੋਰ ਜ਼ਿਆਦਾ ਖਿੱਚਦੀਆਂ, ਕਿ ਇਸ ਕਰਕੇ ਸਾਨੂੰ ਬੜਾ ਜ਼ਿਆਦਾ ਹੁੰਦਾ ਵੀ ਹਾਂ ਵੀ ਕੋਈ ਇੱਕ ਲੀਡਰ ਇਹੋ ਜਿਹਾ ਹੈ ਕਿ ਜਿਹੜਾ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿੰਦਾ। ਬਹੁਤ ਐਸੇ ਪਿੰਡਾਂ ਦੇ ਵਿੱਚ ਨੌਜਵਾਨ ਨੇ, ਕੁਝ ਕੁ ਨੌਜਵਾਨ ਹੋ ਸਕਦਾ ਵੀ ਗੁੰਮਰਾਹ ਹੋਏ ਹੋਣ, ਤੁਹਾਡੇ ਪਿੰਡ ਵਿੱਚ ਕਿੰਨੇ ਕੁ ਨੌਜਵਾਨ ਨੇ ਅਤੇ ਕਿੰਨੇ ਕੁ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਵਿੱਚ ਨੇ, ਕਿੰਨੇ ਕੁ ਉਹਦੀਆਂ ਦਲੀਲਾਂ ਅਤੇ ਅਪੀਲਾਂ ਦੇ ਨਾਲ ਸਹਿਮਤ ਨੇ ਵੀ ਅੰਮ੍ਰਿਤਪਾਲ ਸਿੰਘ ਜੋ ਕਾਰਜ ਕਰ ਰਿਹਾ ਉਹ 100% ਸਹੀ ਕਰ ਰਿਹਾ? ਪਿੰਡ ਦੇ ਵਿੱਚ ਕਿੰਨੇ ਕੁ ਨੌਜਵਾਨ ਨੇ? ਤੁਹਾਨੂੰ ਮੈਂ ਜੇ ਗਿਣਤੀ ਨਾਲ ਦੱਸਦਾ ਨਾ, ਸਾਡੇ ਪਿੰਡ ਦੇ ਵਿੱਚ ਹੁਣ 20 ਨੌਜਵਾਨ ਹੋਣੇ ਆ, ਸਾਰਾ ਹੀ ਸਾਰੇ ਨੌਜਵਾਨ ਬਾਹਰ ਆ, ਅਤੇ ਜਿੰਨੇ ਕੁ ਹੈਗੇ ਉਹ ਸਾਰੇ ਇੱਥੇ ਆਏ ਹੋਏ ਆ, ਅਤੇ ਜਿਹੜੇ ਬਾਹਰ ਵਾਲੇ ਆ ਨਾ ਉਹ ਵੀ ਇੱਧਰ ਹੱਕ 'ਚ ਆ, ਮੈਂ ਨਹੀਂ ਮੈਨੂੰ ਨਹੀਂ ਲੱਗਦਾ ਕਿ ਉਹ ਗੁੰਮਰਾਹ ਹੁੰਦਾ ਹੋਊਗਾ ਕੋਈ ਵੀ ਇਹਨਾਂ ਦੀਆਂ ਦਲੀਲਾਂ, ਕਿਉਂਕਿ ਦਲੀਲ ਐਸੀ ਕੋਈ ਹੈ ਹੀ ਨਹੀਂ ਕਿ ਜਿਸ ਤੋਂ ਗੁੰਮਰਾਹ ਹੋਏ, ਸਾਰਾ ਸੱਚ ਆ, ਤੁਸੀਂ ਵੀ ਸੁਣਦੇ ਆ ਮੈਂ ਵੀ ਸੁਣਦਾ ਵਾਂ, ਹੁਣ ਤਾਂ ਇੰਟਰਨੈਟ ਦਾ ਜ਼ਮਾਨਾ ਵਾ, ਬੰਦਾ ਕੋਈ ਕਹਿ ਨਹੀਂ ਸਕਦਾ ਕਿ ਹਾਂ ਵੀ ਆਹ ਚੀਜ਼ ਤਾਂ ਅਸੀਂ ਸੁਣੀ ਨਹੀਂ, ਹਰੇਕ ਚੀਜ਼ ਦਾ ਪਰੂਫ ਹੈਗਾ ਆਪਣੇ ਕੋਲ, ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਗੁੰਮਰਾਹ ਵੀ ਹੁੰਦਾ ਹੋਊਗਾ। ਜਿਸ ਤਰੀਕੇ ਨਾਲ ਖਾਲਸਾ ਵਹੀਰ ਨਗਰ ਕੀਰਤਨ ਜਾ ਰਿਹਾ, ਇਸ ਤਰ੍ਹਾਂ ਦੀਵਾਨ ਸੱਜ ਰਹੇ ਨੇ, ਸਭ ਤੋਂ ਵੱਡਾ ਇੱਕ ਕਾਰਜ, ਕੌਮ ਦਾ ਸਭ ਤੋਂ ਮਹਾਨ ਕਾਰਜ, ਤੁਹਾਨੂੰ ਲੱਗਦਾ ਵੀ ਇਹ ਵੱਡਾ ਕਾਰਜ ਆ? ਬਿਲਕੁਲ ਜੀ ਬਿਲਕੁਲ, ਜੇ ਇਹਦੇ ਨਾਲ ਹੁਣ ਜਿੱਦਾਂ ਕਿ ਤੁਸੀਂ ਦੱਸ ਹੀ ਰਹੇ ਸੀ ਅੱਗੇ, ਸਾਨੂੰ ਪਤਾ ਵਾ ਕਿ ਨੌਜਵਾਨ ਕਿੰਨਾ ਜੁੜ ਰਿਹਾ ਵਾ, ਅਤੇ ਜੇ ਇਹ ਇੱਦਾਂ ਹੀ ਠਾਠਾ ਮਾਰਦਾ ਕੱਠ ਰਿਹਾ ਨਾ, ਤਾਂ ਆਪਾਂ ਨੂੰ ਜ਼ਰੂਰ ਫਤਿਹ ਮਿਲ ਜੂਗੀ। ਪੁਰਾਣਾ ਪੰਜਾਬ, ਪੁਰਾਣਾ ਸ਼ੇਰੇ ਪੰਜਾਬ, ਮਹਾਰਾਜਾ ਰਣਜੀਤ ਸਿੰਘ ਦਾ ਸ਼ੇਰੇ ਪੰਜਾਬ ਦੇਖਣ ਨੂੰ ਮਿਲੂਗਾ, ਜਿੱਥੇ ਕਹਿੰਦੇ ਸੀ ਨਾ ਕਿ ਕੁੱਤੇ ਦੇ ਗਲ 'ਚ ਕੈਂਠਾ ਭਾਤਾ ਸੀਗਾ, ਅਤੇ ਉਹ ਕੈਂਠੇ ਨੂੰ ਕਿਸੇ ਨੇ ਲਾਇਆ ਨਹੀਂ, ਉਹ ਕੈਂਠੇ ਨੂੰ ਕਾਹਤੋਂ ਨਹੀਂ ਲਾਇਆ, ਕਿਉਂਕਿ ਉਦੋਂ ਇੱਕ ਪੰਜਾਬ ਇਹੋ ਜਿਹਾ ਸੀ, ਨਾ ਉੱਥੇ ਚੋਰੀ
ਪਰ ਐਸਾ ਪੰਜਾਬ ਜਿਹੜਾ ਹੁਣ ਬਣਿਆ ਸੀ ਦਲਦਲ 'ਚ ਸਾਡੀ ਨੌਜਵਾਨੀ ਫਸੀ ਜੋ ਕੁਝ ਹੋਇਆ ਸੀ ਅਤੇ ਮੈਨੂੰ ਲੱਗਦਾ ਵੀ ਸਭ ਤੋਂ ਗਿਰਾਵਟ ਵਿੱਚ ਵੀ ਕਿਤੇ ਨਾ ਕਿਤੇ ਜਾਂਦਾ ਹੋਇਆ ਨਜ਼ਰ ਬਹੁਤਿਆਂ ਲੋਕਾਂ ਨੂੰ ਆਉਂਦਾ ਵੀ ਸੀ ਪਰ ਕੌਮ ਦੇ ਕੋਲ ਐਸਾ ਕੋਈ ਚਿਹਰਾ ਨਹੀਂ ਸੀ। ਅੰਮ੍ਰਿਤਪਾਲ ਸਿੰਘ ਚਿਹਰਾ ਮਿਲਿਆ ਇਵੇਂ ਦਾ ਅਤੇ ਸਾਰੀ ਨੌਜਵਾਨੀ ਆਪ ਮੁਹਾਰੇ ਨਾਲ ਤੁਰੀ। ਤੁਸੀਂ ਕਿਹਾ ਸੁਣਿਆ ਹੋਣਾ ਨਾ ਕਹਿੰਦੇ ਹੋਣਾ ਕਹਿੰਦੇ ਆ ਨਾ ਕਿ ਵੀ ਭਗਤ ਸਿੰਘ ਨੂੰ ਪਸੰਦ ਹਰ ਕੋਈ ਕਰਦਾ ਵਾ ਪਰ ਬਾਨਾ ਕੋਈ ਨਹੀਂ ਜਾਂਦਾ, ਕੋਈ ਨਹੀਂ ਕਹਿੰਦਾ ਕਿ ਸਾਡੇ ਘਰ 'ਚ ਭਗਤ ਸਿੰਘ ਜੰਮੇ। ਉਹ ਚੀਜ਼ ਆ ਕਿ ਇੱਕ ਲੀਡਰ ਬਣਨਾ ਬਹੁਤ ਔਖਾ ਅਤੇ ਜੇ ਹੁਣ ਆਪਾਂ ਨੂੰ ਇੱਕ ਲੀਡਰ ਮਿਲਿਆ ਵਾ ਤਾਂ ਮੈਨੂੰ ਤਾਂ ਇਹੀ ਲੱਗਦਾ ਕਿ ਆਪਾਂ ਨੂੰ ਸਾਰਿਆਂ ਰਲ ਕੇ ਉਹਦੇ ਪਿੱਛੇ ਜਾਣਾ ਚਾਹੀਦਾ ਵੀ ਜਿੱਦਾਂ ਵੀ ਜਿਹੜਾ ਵੀ ਪ੍ਰਚਾਰ ਉਹ ਕਹਿੰਦੇ ਆ ਜੋ ਵੀ ਚੀਜ਼ਾਂ। ਪਹਿਲੀ ਗੱਲ ਤਾਂ ਹੁਣ ਅਸੀਂ ਵੀ ਸਾਰੇ ਸੋਚ ਰਹੇ ਹਾਂ ਕਿ ਇੱਕ ਵਾਰੀ ਪੂਰੀ ਤਰ੍ਹਾਂ ਗੁਰੂ ਦੇ ਲੜ ਲੱਗੀਏ ਅਤੇ ਫਿਰ ਹੀ ਅਗਲੀ ਕਾਰਵਾਈ ਤਾਂ ਫਿਰ ਹੀ ਹੋਊਗੀ ਨਾ। ਬਾਬਾ ਜਰਨੈਲ ਸਿੰਘ ਕਹਿੰਦੇ ਹੁੰਦੇ ਸੀ, ਅਸੀਂ ਸੁਣਦੇ ਹਾਂ ਜਿਨ੍ਹਾਂ ਨੇ ਸੰਗਤ ਕੀਤੀ ਹੈ, ਕਹਿੰਦੇ ਸੀ ਵੀ ਜਦੋਂ ਕੋਈ ਕਲੀਨ ਸ਼ੇਪ ਆਉਂਦਾ ਸੀ ਪਹਿਲੀ ਗੱਲ ਤਾਂ ਸੋਚਦਾ ਸੀ ਵੀ ਬਾਬਾ ਜਰਨੈਲ ਸਿੰਘ ਦੇ ਕੋਲ ਅਸੀਂ ਚੱਲੇ ਹਾਂ ਅਤੇ ਸਾਡੇ ਮੁੱਖ 'ਤੇ ਜਿਹੜਾ ਉਹ ਦਾੜਾ ਹੋਵੇ, ਸਿਰ 'ਤੇ ਦਸਤਾਰ ਹੋਵੇ ਅਤੇ ਜੇ ਕਿਸੇ ਦੇ ਕੋਲ ਨਹੀਂ ਵੀ ਹੁੰਦੇ ਸੀ ਅਤੇ ਉਹ ਭਰਾ ਦੀ ਉਦਾਹਰਣ ਦਿੰਦੇ, ਕਹਿੰਦੇ ਵੀ ਭਰਾ ਵੱਲ ਦੇਖ ਲਾ ਹੈ ਨਾ। ਅਤੇ ਹੁਣ ਅੰਮ੍ਰਿਤਪਾਲ ਸਿੰਘ ਜਿਵੇਂ ਆ ਰਿਹਾ ਵੀ ਇਹ ਤਾਂ ਮਨ ਦੇ ਵਿੱਚ ਨੌਜਵਾਨਾਂ ਦੇ ਆਉਂਦਾ ਵੀ ਭਰਾ ਨੂੰ ਮਿਲਣਾ, ਗੁਰਭਾਈ ਇਹ ਮੁਹਿੰਮ ਚੱਲ ਰਹੀ ਹੈ ਅਤੇ ਭਰਾ ਵਾਂਗੂ ਭਰਾ ਹੋਵੇ ਤਾਂ ਜ਼ਿਆਦਾ ਸੋਹਣਾ ਲੱਗਦਾ। ਸਾਡਾ ਹੁਣ ਮੇਰਾ ਭਰਾ ਹੀ ਹੈ ਇੱਕ ਖੜਾ ਇੱਥੇ, ਇਹ ਥੋੜ੍ਹੇ ਦਿਨ ਪਹਿਲਾਂ ਹੀ ਭਾਈ ਸਾਹਿਬ ਨੂੰ ਮਿਲ ਕੇ ਆਇਆ ਵਾ ਤਾਂ ਉਹ ਇੱਕ ਹੁੰਦਾ ਨਾ ਇੱਕ ਵੀ ਇਹ ਵੱਡੇ ਭਰਾ ਦਾ ਡਰ ਹੁੰਦਾ, ਕਹਿੰਦਾ ਮੈਨੂੰ ਡਰ ਲੱਗੀ ਆ, ਮੈਂ ਕਲੀਨ ਸ਼ੇਪ ਸੀ ਵੀ ਮਤਲਬ ਪੱਗ ਮੇਰੇ ਬੰਨੀ ਸੀਗੀ ਬਟ ਇੱਕ ਡਰ ਲੱਗਦਾ ਸੀ ਹਾਂ ਭਾਈ ਸਾਹਿਬ ਕੁਛ ਕਹਿਣਾ। ਪਰ ਉਹਨਾਂ ਦਾ ਮੈਂ ਇੱਕ ਪ੍ਰਚਾਰ ਸੁਣਿਆ ਕਹਿੰਦੇ ਵੀ ਜਿਹੜੇ ਕਲੀਨ ਸ਼ੇਪ ਆ ਨਾ ਮੈਨੂੰ ਉਹਨਾਂ 'ਤੇ ਜ਼ਿਆਦਾ ਪਿਆਰ ਆਉਂਦਾ ਵਾ ਵੀ ਬਾਕੀ ਤਾਂ ਰਲ ਗਏ ਇਹਨਾਂ ਨੂੰ ਰਲਾਉਣਾ ਵਾ, ਇਹ ਚੀਜ਼ ਆ ਕਿਉਂਕਿ ਆਪਣਾ ਜਿਹੜਾ ਆਪਣਾ ਧਰਮ ਆ ਨਾ ਆਪਣੇ ਧਰਮ ਦੇ ਵਿੱਚ ਆਪਾਂ ਕਿਸੇ ਨੂੰ ਡਰਾ ਕੇ ਨਹੀਂ ਰਲਾਉਣਾ, ਨਾਲ ਪਿਆਰ ਨਾਲ ਰਲਾਉਣਾ, ਆਪਦੀ ਮਰਜ਼ੀ ਨਾ ਆਵੇ ਹਰੇਕ। ਸਿੱਖ ਧਰਮ 'ਤੇ ਇਹੋ ਜਿਹਾ